ਉੱਪਰ ਤੱਕ ਹੀ ਭਰਤਾ ਤੁਸੀਂ ਉੱਪਰ ਤੱਕ ਹੀ ਭਰਤਾ ਹਾਂਜੀ ਫਿਰ ਮਿੱਤਰੋ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਤੇ ਵਧੀਆ ਹੀ ਹੋਣੇ ਚਾਹੀਦੇ ਹੋ ਬਾਕੀ ਯਾਰ ਸਾਨੂੰ ਪਤਾ ਆ ਗਰਮੀ ਨੇ ਬੁਰਾ ਹਾਲ ਕੀਤਾ ਪਿਆ ਪੂਰਾ ਮਈ ਦਾ ਮਹੀਨਾ ਆ ਤਾਂ ਗਰਮੀ ਇੰਨੀ ਆ ਮੈਂ ਟੈਂਪਰੇਚਰ ਇੱਕ ਵਾਰੀ ਚੈੱਕ ਕਰਾ ਦਾਂ 43 ਡਿਗਰੀ ਟੈਂਪਰੇਚਰ 5 ਵੱਜ ਗਏ ਆ ਅਤੇ ਯਾਰ ਸੱਚੀ ਏਸੀ ਕਰਕੇ ਨਾ ਵਲੋਗ ਡਿਲੇ ਹੋ ਰਹੇ ਆ ਕਿਉਂਕਿ ਗਰਮੀ ਇੰਨੀ ਹੁੰਦੀ ਆ ਆਪਣਾ ਇੱਧਰ ਬੁਰਾ ਹਾਲ ਹੋਇਆ ਹੁੰਦਾ ਵਲੋਗ ਲਈ ਵੀ ਮਤਲਬ ਔਖਾ ਹੋ ਜਾਂਦਾ ਆ ਬਟ ਆਪਾਂ ਸੋਚਿਆ ਕਿ ਕਿਉਂ ਨਾ ਯਾਰ ਅੱਜ ਵਲੋਗ ਬਣਾਈਏ ਐਂਟਰਟੇਨ ਕਰੀਏ ਥੋੜ੍ਹਾ ਜਿਹਾ ਹੈ ਨਾ ਅਤੇ ਆਪਣਾ ਭਰਾ ਕਿੱਦਾਂ ਅਤੇ ਬਸ ਹੁਣ ਆਪਾਂ ਜਾਣਾ ਆ ਮਾੜਾ ਜਿਹਾ ਸ਼ਹਿਰ ਅਤੇ ਥੋੜ੍ਹਾ ਜਿਹਾ ਦੇਖਾਂਗੇ ਮਾੜਾ ਘੁੰਮਾਂਗੇ ਅੱਜ ਦਾ ਵਲੋਗ ਸੱਚੀ ਕੋਈ ਪਲੈਨਡ ਨਹੀਂ ਆ ਰੈਂਡਮ ਵਲੋਗ ਆ ਸੋ ਇੰਜੋਏ ਕਰਿਓ ਚੈਨਲ 'ਤੇ ਨਵੇਂ ਆਇਆ ਤੁਹਾਨੂੰ ਪਤਾ ਹੀ ਆ ਸਬਸਕ੍ਰਾਈਬ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚਲੀਏ ਫਿਰ ਚਲੋ ਫਿਰ ਚੱਲਦੇ ਹਾਂ ਅਤੇ ਇੱਧਰ ਲੱਗਾ ਆਪਣਾ ਯਾਮੇ ਦਾ ਵਲੋਗ ਭਰਾ ਹੁਣ ਇੱਧਰ ਦੇਖਦੇ ਵੀ ਕਿੱਦਾਂ ਵਧੀਆ ਯਾਮੇ ਦਾ ਮੈਂ ਕਹਿੰਦਾ ਯਾਮੇ ਦੀ ਹੁਣ ਪੂਰੀ ਸੀਰੀਜ਼ ਬਣਾਈਏ ਸਟਾਰਟ ਕਰੀਏ ਯਾਮਾ ਆਰ ਐਕਸ ਮਤਲਬ ਬਹੁਤ ਪਿਆਰ ਮਿਲਦਾ ਯਾਮੇ ਦੇ ਵਲੋਗਸ ਨੂੰ ਅਤੇ ਕੋਈ ਗੱਲ ਨਹੀਂ ਯਾਮੇ ਦੇ ਵਲੋਗ ਵੀ ਆਉਣਗੇ ਅਤੇ ਚਲੋ ਹੁਣ ਆਪਾਂ ਜਿਹੜਾ ਵਲੋਗ ਬਣਾਉਣਾ ਆ ਉਹ ਚੱਲਦੇ ਹਾਂ ਉੱਠੋ ਫਿਰ ਓਏ ਹੋਏ ਹੋਏ ਗਰਮੀ ਓਏ ਗਰਮੀ ਮੈਂ ਕਹਿੰਦਾ 5 ਵੱਜ ਗਏ ਆ 5 ਵੱਜ ਗਏ ਅਤੇ ਬਾਹਰ ਇੰਨਾ ਹੁੰਮ ਹੋਇਆ ਪਿਆ ਨਾ ਗਰਮੀ ਦਾ ਗਰਮੀ ਬਹੁਤ ਵੱਧ ਰਹੀ ਆ ਮੈਂ ਕਹਿੰਦਾ ਇੱਦਾਂ ਪਰਨਾ ਕੋਲ ਰੱਖਿਆ ਕਰੋ ਇੱਕ ਅਤੇ ਇੰਨਾ ਕਾਫੀ ਫਰਕ ਪੈ ਜਾਂਦਾ ਇਹਨੂੰ ਨਾ ਇੱਦਾਂ ਮਾੜਾ ਜਿਹਾ ਸਿੰਗਲ ਕਰਕੇ ਜਾਂ ਫੇਸ 'ਚ ਲੈ ਲਿਆ ਕਰੋ ਕਾਫੀ ਫਰਕ ਪੈ ਜਾਂਦਾ ਹਾਲ ਹੋਇਆ ਪਿਆ ਗਰਮੀ ਨਾ ਇੰਨਾ ਆ ਦੋ ਕਰ ਲਾ ਹੋਰ ਅੰਕਲ ਠੀਕ ਠਾਕ ਓਕੇ ਆ ਕੰਮ ਅੰਕਲ ਭਾਂਟਾ ਜਿਹਾ ਵਿੱਚ ਤੈਰਦਾ ਪਿਆ ਇਹਨੂੰ ਬਾਹਰ ਕੱਢ ਦੂੰਗੇ ਤੁਸੀਂ ਇਹ ਵਿੱਚ ਹੀ ਰਹਿੰਦਾ ਬੁੜੇ ਨੇ ਨਹੀਂ ਕੱਢਿਆ ਜਦੋਂ ਨਿਕਲੇਗਾ ਨਾਲ ਬੁੜਾ ਲੈ ਕੇ ਜਾਂਦਾ ਅੰਕਲ ਉੱਪਰ ਤੱਕ ਹੀ ਭਰਤਾ ਤੁਸੀਂ ਢੇੜੀ ਚੱਕ ਕੇ ਉੱਪਰ ਤੱਕ ਹੀ ਭਰਤਾ ਚਲ ਉਰੇ ਰੱਖ ਲਾ ਬੜੇ ਤੱਕ ਭਰਿਆ ਪਿਆ ਭਰਿਆ ਨਹੀਂ ਪਿਆ ਇਹਨਾਂ ਜੋ ਨੂਨ ਪਾਈ ਨੂਨ ਸ਼ਾਮ ਵਾਲਾ ਗੱਲਬਾਤ ਹੈ ਹੈ ਸਪਰਾਈਟ ਸਪਰਾਈਟ ਓਰੀਜਨਲ ਸਪਰਾਈਟ ਮੈਂ ਕਹਿੰਦਾ ਇੱਕ ਹਾਂਜੀ ਮੈਂ ਕਹਿੰਦਾ ਜਿਹੜੇ ਉਹ ਹੁੰਦੇ ਕੋਲਡ ਡਰਿੰਕ ਵਗੈਰਾ ਉਹਨੂੰ ਅਵੋਇਡ ਕਰਕੇ ਆਹ ਪੀ ਲਵੇ ਬੰਦਾ ਸਹੀ ਨਹੀਂ ਜਿਹੜੀਆਂ ਕੋਲਡ ਡਰਿੰਕ ਵਗੈਰਾ ਹੁੰਦੀਆਂ ਨੇ ਉਹਨੂੰ ਅਵੋਇਡ ਕਰਿਆ ਕਰੋ ਯਾਰ ਘੱਟ ਤੋਂ ਘੱਟ ਮੈਨੂੰ ਪਤਾ ਗਰਮੀ ਹੈਗੀ ਆ ਬਟ ਜਿਹੜੇ ਆਪਣੀ ਦੇਸੀ ਚੀਜ਼ਾਂ ਆ ਉਹਨੂੰ ਜ਼ਰੂਰ ਪਿਆ ਕਰੋ ਜਿੱਦਾਂ ਸਦਾਈ ਹੋ ਗਈ ਆਪਣੀ ਹੈ ਨਾ ਅਤੇ ਹੋਰ ਗੰਨੇ ਦਾ ਰਸ ਹੋ ਗਿਆ ਉੱਥੇ ਗੰਨੇ ਦਾ ਰਸ ਹੁੰਦਾ ਨਾ ਭਾਜੀ ਕੀ ਕਹਿੰਦੇ ਹੁੰਦੇ ਚੌਂਕ ਦੇ ਵਿੱਚ ਹਾਂਜੀ ਨੈਚੁਰਲ ਚੀਜ਼ ਪੀਣੀ ਚਾਹੀਦੀ ਬਿਲਕੁਲ ਅੰਕਲ ਨੈਚੁਰਲ ਚੀਜ਼ ਪੀਣੀ ਚਾਹੀਦੀ ਹੈ ਦੋਵਾਂ ਦੰਦ ਕੱਢੀਆਂ ਨਾ ਉਹ ਕਹਿੰਦਾ ਨੈਚੁਰਲ ਨੈਚੁਰਲ ਵੀ ਥੋੜ੍ਹਾ ਹੁੰਦੀ ਆ
ਨਹੀਂ 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 ਨੈਚੁਰਲ ਜਾਂਦੀ ਆ ਗੰਨੇ ਦਾ ਰਸ ਉਹ ਆਹੋ ਗੰਨੇ ਰਸ ਉਧਰ ਸ਼ਿਮਲਾ ਪਹਾੜੀ ਚੌਂਕ ਦੇ ਵਿੱਚ ਨਾ ਕੀ ਕਹਿੰਦੇ ਉੱਥੇ ਭਾਜੀ ਹੁੰਦੇ ਆ 5 ਰੁਪਏ ਦਾ ਕਹਿੰਦੇ 5 ਰੁਪਏ ਦਾ ਹੁੰਦਾ 5 ਰੁਪਏ ਦਾ ਗਲਾਸ ਹੁੰਦਾ ਵਾ ਅਤੇ ਉਹ ਤਾਂ ਹਲੇ ਬੰਦ ਆ ਨਾ ਬੰਦ ਹੋ ਜਾਂਦੇ ਛੁੱਟੀ ਦੁਪਹਿਰੇ ਦੁਪਹਿਰੇ ਹੁੰਦਾ ਉੱਦਾਂ ਭਾਈ ਅੰਕਲ ਹੋਰ ਕਿਹੜਾ ਕਿਹੜਾ ਤੁਹਾਡੇ ਕੋਲ ਫਲੇਵਰ ਵਗੈਰਾ ਆਹੀ ਆ ਲੈਮਨ ਸੋਡਾ ਹੋਰ ਹਾਂ ਹੋਰ ਸ਼ਿਕੰਜ ਵੀ ਜਿਹੜਾ ਮਰਜ਼ੀ ਸ਼ੇਕ ਬਣਾ ਲਓ ਓਕੇ ਇਹ ਕਿੰਨੇ ਦੀ ਪਈ 5000 ਦੀ ਚੀਜ਼ ਤਾਂ ਵਧੀਆ ਉੱਦਾਂ ਹੈ ਨਾ ਅੱਛਾ ਰੁਪਏ ਦਾ ਵੱਡਾ ਗਲਾਸ 20 ਰੁਪਏ ਦਾ ਛੋਟਾ ਗਲਾਸ ਵਿੱਚ ਦੁੱਧ ਵੀ ਪੈਣਾ ਵਿੱਚ ਬਰਫੀ ਪੈਣੀ ਆ ਵਿੱਚ ਫਰੂਟ ਵੀ ਪੈਣਾ ਆ ਤੇ 30 ਤੇ 20 ਕਿੰਨਾ ਔਖਾ ਆ ਪੀਂਦੇ ਨੀ ਕਾਨੂੰ ਨੀ ਪੀਂਦੇ ਓਕੇ ਅੰਕਲ ਤੇ ਹੁਣ ਪੀ ਲਿਆ ਚੰਡਾ ਕਿੱਦਾਂ ਵਧੀਆ ਸੀਗਾ ਗੈਸ ਗੈਸ ਪੂਰੀ 100% ਗੈਸ ਕਹਿੰਦੇ ਨਜ਼ਾਰਾ ਆ ਗਿਆ ਇੱਕ ਵਾਰੀ ਪੀ ਗਏ ਅਤੇ ਹੁਣ ਤਾਂ ਕੁਛ ਪੀਣ ਨੂੰ ਮਨ ਨਹੀਂ ਕਰਦਾ ਪਰ ਉਹੀ ਆਪਾਂ ਚੈੱਕ ਕਰਨਾ ਇੱਕ ਵਾਰੀ ਨਾ ਮੈਂ ਕਹਿੰਦਾ ਹੌਲੀ ਗਈ ਮੈਂ ਕਹਿੰਦਾ ਗਰਮੀ ਵਾਲੀ ਆ ਜੋ ਠੰਡਾ ਮਿਲਦਾ ਸਾਰਾ ਕੁਝ ਪੀ ਲੈਂਦੇ ਹਾਂ ਫਿਰ ਦੇਖਦੇ ਗਰਮੀ ਲੱਗਦੀ ਕਿ ਨਹੀਂ ਲੱਗੂਗੀ ਫਿਰ ਲੱਗਣੀ ਤਾਂ ਹੈ ਯਾਰ ਗਰਮੀ ਜ਼ਿਆਦਾ ਹੀ ਆ ਪਰ ਹੁਣ ਥੋੜ੍ਹਾ ਜਿਹਾ ਪੀ ਕੇ ਨਾ ਥੱਕ ਲੱਗਦੀ ਗਰਮੀ ਸੱਚੀ ਕਹਿੰਦਾ ਯਾਰ ਅੰਕਲ ਦਾ ਸੁਭਾਅ ਅੰਕਲ ਐਨ ਪੂਰੇ ਗੱਲਬਾਤ ਇੱਦਾਂ ਕਰਦੇ ਵੀ ਇੱਦਾਂ ਜਾਣਦੇ ਹੁੰਦੇ ਆ ਕੋਈ ਕੋਈ ਬੰਦਾ ਇੱਦਾਂ ਮਿਲਦਾ ਜਿਹੜਾ ਇੰਨਾ ਮਤਲਬ ਕਰਦਾ ਨਹੀਂ ਤਾਂ ਕਈ ਮੈਂ ਦੇਖੇ ਬੰਦੇ ਉਹ ਤਾਂ ਇੱਦਾਂ ਹੀ ਨੋਰਮਲ ਜਿਹਾ ਮਾੜਾ ਗੱਲ ਕਰਕੇ ਬਸ ਠੀਕ ਆ ਇਹ ਤਾਂ ਅੰਕਲ ਪੂਰੀ ਗੱਲ ਕਰਦੇ ਵੀ ਅੰਕਲ ਦੁਬਾਰਾ ਜ਼ਰੂਰ ਵਿਜ਼ਿਟ ਕਰਿਓ ਮੈਂ ਤਾਂ ਕਹਿੰਦਾ ਅੰਕਲ ਰੋਜ਼ ਹੀ ਮੈਂ ਕਹਿੰਦਾ ਰੋਜ਼ ਹੀ ਆਪਾਂ ਆਇਆ ਕਰੂੰਗੇ ਕੋਈ ਗੱਲ ਨਹੀਂ ਫਿਰ ਮੈਂ ਕਹਿੰਦਾ ਨਹੀਂ ਅੰਕਲ ਹਫ਼ਤੇ 'ਚ ਇੱਕ ਅੱਧੀ ਵਾਰ ਅੰਕਲ ਕਹਿੰਦਾ ਤੂੰ ਮੁੱਕਰ ਗਿਆ ਮੈਂ ਅੰਕਲ ਫ੍ਰੀ ਪਿਲਾਊਂਗੇ ਰੋਜ਼ ਹੀ ਆ ਜਾਂਦੇ ਹਾਂ ਸਹੀ ਗੱਲ ਨਹੀਂ ਫ੍ਰੀ ਪਿਲਾਊਂਗੇ ਰੋਜ਼ ਆਪਾਂ ਪੀਂਗੇ ਫ੍ਰੀ ਵਾਲੇ ਬੰਦੇ ਆ ਆਪਾਂ ਉੱਦਾਂ ਗਰਮੀ ਨਾਲ ਕਹਿੰਦੇ ਬੁਰਾ ਹਾਲ ਹੋ ਗਿਆ ਵਾ ਘੁਮਾ ਕੇ ਹੈ ਬਈ ਭਾਜੀ ਕੁਲਚੇ ਖਾਣ ਤੋਂ ਆਏ ਥੇ ਹਮ ਯਾਰ ਕੋਈ ਵੀ ਨਹੀਂ ਹੈ ਭਰ ਕੇ ਜਾਂ ਫਿਰ ਪਲੇਟ ਵਾਲੇ ਕੋਈ ਵੀ ਨਹੀਂ ਯਾਰ ਭਾਈ ਐਸਾ ਮਤ ਕਰੋ ਯਾਰ ਭੂਖ ਬਹੁਤ ਲੱਗੀ ਹੈ ਹੋਵੇਗੇ ਥੋੜ੍ਹੇ ਬਹੁਤ ਦੇਖ ਲੈਣਾ ਭਾਜੀ ਇੱਦਾਂ ਨਾ ਕਰੋ ਯਾਰ ਉਹਦੇ ਵਿੱਚ ਨਾ ਇੱਧਰ ਹੈਗੇ ਆ ਆਹ ਤੁਹਾਨੂੰ ਪਤਾ ਹੀ ਹੋਣਾ ਸਪੈਸ਼ਲ ਛੋਲੇ ਕੁਲਚੇ ਔਰ ਨਿਊਟਰੀ ਕੁਲਚਾ ਤੇ ਦੱਸ ਉੱਠ ਜਾ ਸਵੇਰ ਹੋ ਗਈ ਸਿਕਸ ਪੈਕ ਬਣਨ ਲੱਗ ਪਏ
ਸਿਕਸ ਪੈਕ ਚੈੱਕ ਕਰੋ ਯਾਰ ਮੁੰਡੇ ਤੇ ਨਾ ਕਰ ਯਾਰ ਘਰ ਜਾਣ ਦੀ ਬੜੀ ਕਾਹਲੀ ਪਈ ਉਹ ਭਾਈ ਨੂੰ ਪੈਸੇ ਦੇ ਦਿੱਤੇ ਚਲੋ ਯਾਰ ਓਕੇ ਭਾਜੀ ਬਹੁਤ ਥੈਂਕ ਯੂ ਜਿਤਨਾ ਵੀ ਖਿਲਾਇਆ ਪੇਟ ਭਰ ਗਿਆ ਹਮਾਰਾ ਠੀਕ ਹੈ ਚੱਲ ਬਸ ਹੋ ਗਿਆ ਬਾਹਰ ਜੋ ਵੀ ਕਰਨਾ ਘੁੰਮਣਾ ਗਰਮੀ ਨਾਲ ਕਹਿੰਦੇ ਬੁਰਾ ਹਾਲ ਹੋ ਗਿਆ ਪਿਆ ਹੁਣ ਇਹਨੇ ਮੁੰਡੇ ਜਾਣਾ ਜਿਮ ਪੂਰੇ ਫਿਟਨੈਸ ਤੇ ਫਿਟਨੈਸ ਦਿਖਦੀ ਪਈ ਆ ਪੂਰੀ ਤੇ ਬਾਕੀ ਹੁਣ ਯਾਰ ਘਰੇ ਆ ਗਏ ਹਾਂ ਥੱਕ ਪੂਰਾ ਹੋ ਗਿਆ ਆ ਇੱਕ ਤਾਂ ਗਰਮੀ ਕਰਕੇ ਗਰਮੀ ਦਾ ਇਹ ਸੀਨ ਹੋਇਆ ਪਿਆ ਹੁਸ਼ਿਆਰਪੁਰ ਵਿੱਚ ਗਰਮੀ ਵਧੀ ਜਾ ਰਹੀ ਆ ਮਤਲਬ ਇਹ ਹੁੰਦਾ ਨਾ ਕਿ ਸ਼ਾਮ ਨੂੰ ਗਰਮੀ ਘੱਟ ਜਾਂਦੀ ਆ ਅਤੇ ਗਰਮੀ ਯਾਰ ਵੱਧਦੀ ਪਈ ਆ ਅਤੇ ਹੁਣ ਵੀ ਸ਼ਾਮ ਦਾ ਵੇਲਾ ਆ ਅਤੇ ਹੁਣ ਵੀ ਅਰਾਊਂਡ 40 ਤੋਂ ਉੱਪਰ ਹੀ ਆ ਟੈਂਪਰੇਚਰ ਅਤੇ ਆਪਣਾ ਵੀ ਯਾਰ ਇਹੀ ਰਹਿੰਦਾ ਆ ਕਿ ਕੰਟੈਂਟ ਬਣਾ ਹੋ ਜਾਵੇ ਗਰਮੀ ਕਰਕੇ ਥੋੜ੍ਹਾ ਡਿਲੇ ਹੋ ਰਿਹਾ ਵਾ ਬਟ ਆਪਣੀ ਕੋਸ਼ਿਸ਼ ਪੂਰੀ ਰਹਿੰਦੀ ਆ ਕਿ ਤੁਹਾਡੇ ਤੱਕ ਕੰਟੈਂਟ ਪਹੁੰਚੇ ਅਤੇ ਬਾਕੀ ਹੁਣ ਆਪਣਾ ਟਰੈਵਲ ਵਲੋਗ ਵੀ ਆਉਣਗੇ ਕੋਈ ਗੱਲ ਨਹੀਂ ਯਾਰ ਕਿਤੇ ਚੱਲਦੇ ਹਾਂ ਅਤੇ ਟਰੈਵਲਿੰਗ ਵਲੋਗ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਅਤੇ ਇੱਦਾਂ ਹੀ ਪਿਆਰ ਸਪੋਰਟ ਕਰਿਓ ਯਾਰ ਚੈਨਲ 'ਤੇ ਨਵੇਂ ਆਓ ਤਾਂ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਇੱਦਾਂ ਦੇ ਘੈਂਟ ਘੈਂਟ ਵਲੋਗ ਆਉਂਦੇ ਰਹਿਣਗੇ ਅਤੇ ਹੁਣ ਇੱਥੇ ਹੀ ਵਲੋਗ ਨੂੰ ਅੱਜ ਆਪਾਂ ਸਮਾਪਤ ਕਰਦੇ ਹਾਂ ਅੱਜ ਕੋਈ ਮਤਲਬ ਸੀਗਾ ਨਹੀਂ ਅੱਜ ਪਲੈਨਡ ਵਲੋਗ ਅਤੇ ਅੱਜ ਸੱਚੀ ਰੈਂਡਮ ਵਲੋਗ ਬਣਿਆ ਦੱਸਿਓ ਜਿੰਨਾ ਵੀ ਵਲੋਗ ਬਣਿਆ ਦੱਸਿਓ ਕਮੈਂਟ ਕਰਕੇ ਕਿਵੇਂ ਦਾ ਲੱਗਾ ਅਤੇ ਬਾਕੀ ਅਸੀਂ ਮਿਲਦੇ ਹਾਂ ਤੁਹਾਨੂੰ ਅਗਲੇ ਘੈਂਟ ਜੇ ਵਲੋਗ ਵਿੱਚ ਤਦ ਤੱਕ ਲਈ ਧੰਨਵਾਦ।